ਉਹ ਕੁਮਾਇਆ ਇੰਪੀਰੀਅਸ ਵੱਲੋਂ ਵੈਡਿੰਗ ਅਤੇ ਲਾਈਫ ਸਟਾਈਲ ਉੱਤੇ ਆਧਾਰਿਤ 3 ਦਿਵਸੀ ਲੁਧਿਆਣਾ ਵਿਖੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸ਼ਹਿਰ ਵਾਸੀਆਂ ਦਾ ਕਾਫੀ ਭਰਵਾਂ ਹੁੰਗਾਰਾ ਮਿਲਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਗਰੇਵਾਲ। ਦਾ ਰੋਇਲ ਸਟੋਰੀ ਐਗਜੀਬਿਸ਼ਨ ਜਿਵੇਂ ਕਿ ਆਪਾਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਹਾਇਤ ਦੇ ਵਿੱਚ ਲੱਗੀ ਹੋਈ 18-19 ਅਗਸਤ ਦੀ, ਵਧੀਆ ਮਿਲ ਰਿਹਾ ਵਾ ਰਿਸਪੋਂਸ। ਜਿੱਦਾਂ ਅਸੀਂ ਸੋਚਿਆ ਸੀਗਾ ਪਹਿਲੀ ਐਗਜੀਬਿਸ਼ਨ ਦਾ, ਕਾਫੀ ਐਡਵਰਟੀਜ਼ਮੈਂਟ ਕੀਤੀ ਸੀਗੀ ਕਾਫੀ ਸਟਾਲਸ ਦੇ ਉੱਤੇ, ਜੋ ਮੀਨਸ ਅਸੀਂ ਐਕਸਪੈਕਟ ਕੀਤਾ ਸੀ ਉਹ ਚੱਲ ਰਿਹਾ ਵਾ। ਅੱਗੇ ਹੁਣ ਅਸੀਂ ਬਸ ਕੱਲ੍ਹ ਤੋਂ ਅਗਲੀ ਐਗਜੀਬਿਸ਼ਨ ਦੀ ਤਿਆਰੀ ਕਰ ਰਹੇ ਹਾਂ। ਪਟਿਆਲੇ ਹੈਗੀ ਆ 15-16 ਸਪਟੈਂਬਰ ਦੀ, ਉਸ ਤੋਂ ਨੈਕਸਟ ਫਿਰ ਅਸੀਂ ਜਲੰਧਰ ਪਲੈਨ ਕਰਾਂਗੇ 15-20 ਦਿਨ ਦੇ ਗੈਪ ਨਾਲ, ਦੈਨ ਆਫਟਰ 15-20 ਦਿਨ ਬਾਅਦ ਫਿਰ ਅਸੀਂ ਲੁਧਿਆਣੇ ਪਲੈਨ ਕਰ ਰਹੇ ਹਾਂ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੇ ਨਾਲ ਹਰਜੀਤ ਸਿੰਘ ਕਾਕਾ ਦੀ ਰਿਪੋਰਟ, ਚੈਨਲ 2।